परमजीत कौर भवानीगढ़ बैलांपत्ती तो हाँ असी विरोध कर रहे हैं पंजाब सरकार का बिजली बोर्ड महकमे का जिन्होंने साडे नाल धक्का कीता है साडे पुराने मीटर बदल के साडे ते नवे चिप वाले मीटर लगाए गए ने बिना तलाह कीतिया बिना दस्सिया साडा यह मीटर बदलिया गया है बिजली महकमे का इल्जाम है कि यह मीटर जिहड़े आ ज़्यादा बिजली खांदे आ खपत करदे आ पर सानू यही मीटर चाहिए ने असी नहीं लेने चिप वाले मीटर सानू वध आवे घट आवे ये सरकार का जां असी बिजली बोर्ड का जिहड़ा विरोध आ असी पूरी तरह करांगे आ अज असी इत्थे धरना लाया जेकर साडे नाल ਇਹ ਕੋਆਪਰੇਟ ਨਹੀਂ ਕਰਨਗੇ ਤਾਂ ਅਸੀਂ ਵੱਡੇ ਪੱਧਰ ਤੇ ਹੋਰ ਵੀ ਰੋਸ ਪ੍ਰਦਰਸ਼ਨ ਕਰਾਂਗੇ ਤੁਸੀਂ ਇਹੀ ਪੁਰਾਣੇ ਮੀਟਰ ਨਾਲ ਸੰਤੁਸ਼ਟ ਹੋ ਤੁਸੀਂ ਅਸੀਂ ਬਿਲਕੁਲ ਸੰਤੁਸ਼ਟ ਆ ਬੀਬੀਆਂ ਜਿੰਨੀਆਂ ਅਸੀਂ ਖੜੀਆਂ ਸਾਨੂੰ ਕਿਸੇ ਨੂੰ ਤਲਾ ਨਹੀਂ ਕੀਤਾ ਗਿਆ ਤੁਹਾਡੀ ਕੀ ਰਣਨੀਤੀ ਹੈ ਜੇਕਰ ਮੀਟਰ ਨਹੀਂ ਬਦਲੇ ਜਾਂਦੇ ਤਾਂ ਕੀ ਰਣਨੀਤੀ ਅਸੀਂ ਘਰਾਓ ਕਰਾਂਗੇ ਬਿਜਲੀ ਬੋਰਡ ਦਾ ਵੀ ਕਰਾਂਗੇ ਤੇ ਇੱਥੋਂ ਬਿਜਲੀ ਵਾਲਿਆਂ ਨੂੰ ਜਾਣ ਨਹੀਂ ਦੇਣਾ ਜੋ ਸਾਤੋਂ ਬਣ ਪਾਏਗਾ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਤੇ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਇਹ ਤਾਂ ਨਾ ਲਾਇਆ ਸੀ ਨੇ ਅਸੀਂ ਡਕਾਉਂਦਾ ਚ ਮੈਂ ਪ੍ਰਧਾਨ ਆ ਇਹਨਾਂ ਨੇ ਬੀਬੀਆਂ ਨੇ ਰੌਲਾ ਪਾਇਆ ਇਹਨਾਂ ਦੂਸਰੇ ਪਹਿਲੇ ਵੀ ਉਹ ਪੱਟੇ ਗਏ ਮੀਟਰ ਇਹਦੇ ਦੂਸਰੇ ਲਾਏ ਗਏ ਜਿੱਪ ਵਾਲੇ ਇਹ ਕਹਿੰਦੇ ਸਾਨੂੰ ਨਹੀਂ ਲਾਉਣੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਕੁਛ ਕੁਛ ਵੀ ਜਾਣ ਪੜ ਬੰਦੇ ਹੁੰਦੇ ਕਿਸੇ ਨਹੀਂ ਪਤਾ ਲੱਗਦਾ ਇਹਨਾਂ ਨੂੰ ਪੱਟ ਲੈ ਕਿਸੇ ਨਾ ਕਿਸੇ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਆ ਕੇ ਰੌਲਾ ਪਾਇਆ ਤਾਂ ਸਾਨੂੰ ਬਾਜਾ ਮਾਰੀਏ ਤਾਂ ਅਸੀਂ ਇਕੱਠੇ ਹੋਏ ਇੱਥੇ ਵੀ ਉਹ ਪੱਟਣੇ ਚਾਹੀਦੇ ਨੇ ਜਿਹੜੇ ਹੁਣ ਲਾਤੇ ਨੇ ਜਿੱਪ ਵਾਲੇ ਕੀ ਉਹਨਾਂ ਨੂੰ ਲੋੜ ਨਹੀਂ ਨਾ ਨਵੇਂ ਸਮਾਰਟ ਮੀਟਰਾਂ ਦੀ ਨਹੀਂ ਲੋੜ ਹੈਗੀ ਉਹਨਾਂ ਨੂੰ ਉਹਨੇ ਸਹੀ ਮੀਟਰ ਬਿਲਕੁਲ ਸਹੀ ਚੱਲਦੇ ਤੇ ਅੱਛਾ ਜੀ ਹਾਂ ਵੀ ਬਸ ਉਹੀ ਪਹਿਲੇ ਮੀਟਰ ਲੱਗਣਾ ਉਹਨਾਂ ਦੇ ਕੀ ਰਣਨੀਤੀ ਹੈ ਤੁਹਾਡੀ ਜੇਕਰ ਮੀਟਰ ਨਹੀਂ ਬਦਲੇ ਜਾਂਦੇ ਤਾਂ ਕੀ ਫਿਰ ਅਸੀਂ ਤਾਂ ਨਾਈਟੀ ਲਾਵਾਂਗੇ ਮੈਂ ਪੋਨੀਗੜ ਬੋਲਦਾ ਦੀ ਟੀਮ ਅੱਜ ਇੱਥੇ ਬਿਜਲੀ ਬੋਰਡ ਜਿਹੜਾ ਧੱਕਾ ਕਰ ਰਹੀ ਆ ਸਰਕਾਰ ਚੰਗੇ ਭਲੇ ਚੱਲਦੇ ਮੀਟਰ ਚੰਗੇ ਭਲੇ ਘਰਾਂ ਨੂੰ ਸਪਲਾਈ ਦਿੰਦੇ ਮੀਟਰ ਅੱਜ ਇਹ ਧੋਖੇ ਨਾਲ ਪੱਟ ਰਹੇ ਨੇ ਕਿਸੇ ਨੂੰ ਇਹਨਾਂ ਨੇ ਆਉਣ ਤੋਂ ਪਹਿਲਾਂ ਕਾਲ ਨਹੀਂ ਕੀਤੀ ਕਿਸੇ ਮਹੱਲਾ ਵਾਸੀ ਨੇ ਇਸ ਮੀਟਰ ਦੀ ਸ਼ਿਕਾਇਤ ਨਹੀਂ ਕੀਤੀ ਪਰ ਇਹ ਆਪਦੀਆਂ ਕੋਝੀਆਂ ਹਰਕਤਾਂ ਪਹਿਲਾਂ ਪਿੰਡਾਂ ਵਿੱਚ ਜਾ ਕੇ ਬਿਨਾਂ ਦੱਸੇ ਪੁੱਛੇ ਮੀਟਰ ਲਾਉਂਦੇ ਸੀ ਧੰਨਵਾਦ ਕਰਦੇ ਅਸੀਂ ਕਿਸਾਨ ਯੂਨੀਅਨ ਦਾ ਜਿਨ੍ਹਾਂ ਨੇ ਪਿੰਡਾਂ ਵਿੱਚੋਂ ਇਹਨਾਂ ਨੂੰ ਰੋਕਿਆ ਇਹਨਾਂ ਨੇ ਇੱਕ ਪਾਲਿਸੀ ਬਣਾਈ ਵੀ ਪਿੰਡਾਂ ਵਿੱਚ ਤਾਂ ਕਿਸਾਨ ਯੂਨੀਅਨ ਰੋਕਦੀ ਹੈ ਅਤੇ ਅਸੀਂ ਸ਼ਹਿਰਾਂ 'ਚ ਜਾ ਕੇ ਇਹ ਮੀਟਰ ਲਾਵਾਂਗੇ ਅਤੇ ਕਹਾਂਗੇ ਵੀ ਪਬਲਿਕ ਮੀਟਰ ਲਵਾ ਰਹੀ ਹੈ ਅੱਜ ਸ਼ਹਿਰ 'ਚ ਧੋਖੇ ਨਾਲ ਮੀਟਰ ਲਾਉਣ ਆਏ ਸੀ ਜਿੱਥੇ ਮਹੱਲਾ ਵਾਸੀਆਂ ਨੂੰ ਪਤਾ ਲੱਗਿਆ ਇਹਨਾਂ ਨੇ ਸਾਡੀ ਟੀਮ ਮੈਂ ਪੰਜਾਬ ਭਵਾਨੀਗੜ੍ਹ ਬੋਲਦਾ ਦੀ ਟੀਮ ਅਤੇ ਕਿਸਾਨ ਯੂਨੀਅਨਾਂ ਨੂੰ ਸੱਦਾ ਦਿੱਤਾ ਅਸੀਂ ਇੱਥੇ ਆਏ ਹਾਂ ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਦਾ ਜਿਨ੍ਹਾਂ ਨੇ ਪਿੰਡਾਂ 'ਚ ਤਾਂ ਮੋਰਚਾ ਖੋਲ੍ਹਿਆ ਹੋਇਆ ਹਾਂ ਕਿਸਾਨ ਯੂਨੀਅਨਾਂ ਨੇ ਪਿੰਡਾਂ 'ਚ ਤਾਂ ਮੋਰਚਾ ਖੋਲ੍ਹਿਆ ਹੋਇਆ ਅੱਜ ਇੱਥੇ ਆ ਕੇ ਵੀ ਸ਼ਹਿਰ ਵਾਸੀਆਂ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ ਅਤੇ ਉੱਥੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਜਿੱਥੇ ਕਿਸਾਨ ਯੂਨੀਅਨਾਂ ਤੁਹਾਡੇ ਨਾਲ ਖੜੀਆਂ ਨੇ ਸਾਡਾ ਵੀ ਫਰਜ਼ ਬਣ ਜਾਂਦਾ ਅੱਜ ਆਪ ਅਸੀਂ ਇਹਨਾਂ ਨਾਲ ਖੜੀਏ ਸੋ ਮੈਂ ਧੰਨਵਾਦ ਕਰਦਾ ਕਿਸਾਨ ਯੂਨੀਅਨ ਟਿਕਾਉਂਦਾ ਦਾ ਜੋ ਇਸ ਮਸਲੇ 'ਚ ਸਾਡੇ ਸ਼ਹਿਰ ਨਾਲ ਖੜੇ ਨੇ ਅਤੇ ਇਹ ਮੀਟਰਾਂ ਦੀ ਬਹੁਤ ਵੱਡੀ ਲੜਾਈ ਲੜ ਰਹੇ ਨੇ ਅਸੀਂ ਬਿਜਲੀ ਬੋਰਡ ਨੂੰ ਸਖ਼ਤ ਹਦਾਇਤ ਕਰਦੇ ਹਾਂ ਇਹ ਮੀਟਰ ਜਿਹੜੇ ਸਾਡੇ ਪੁਰਾਣੇ ਮੀਟਰ ਪੱਟੇ ਨੇ ਲਾਏ ਜਾਣ ਆਪਣੇ ਚਿੱਪ ਵਾਲੇ ਮੀਟਰ ਇਹ ਲੈ ਜਾਣ ਨਹੀਂ ਅਸੀਂ ਇਹਨਾਂ ਦੀ ਇਹ ਮਨਸੂਬੇ ਪੂਰੇ ਨਹੀਂ ਹੋਣ ਦਿੰਦੇ ਅਸੀਂ ਬੈਲਾਪੱਤੀ ਦੇ ਵਿੱਚ ਸਾਡੇ ਮੁਲਾਜ਼ਮ ਦਫ਼ਤਰੀ ਆਰਡਰ ਅਨੁਸਾਰ ਮੀਟਰ ਐਮ ਸੀ ਕਰਨ ਆਏ ਸੀ ਮੀਟਰ ਬਦਲਣ ਆਏ ਸੀਗੇ ਆਰਡਰ ਮੁਤਾਬਕ ਆਪਣੇ ਆਪ ਨਹੀਂ ਅਸੀਂ ਬਦਲ ਰਹੇ ਅਤੇ ਜਿਹੜੇ ਮੀਟਰ ਖਰਾਬ ਨੇ ਜਾਂ ਸੜੇ ਹੋਏ ਉਹਨਾਂ ਨੂੰ ਅਤੇ ਇਹਨਾਂ ਨੇ ਆ ਕੇ ਮੁਹੱਲੇ ਵਾਲਿਆਂ ਨੇ ਸਾਡੇ ਮੁਲਾਜ਼ਮਾਂ ਨੂੰ ਵਿਰੋਧ ਕੀਤਾ ਅਤੇ ਕੁਛ ਮੀਟਰ ਬਦਲੇ ਗਏ ਸੀ ਬਾਕੀ ਬੰਦ ਕਰ ਦਿੱਤੇ ਸਰ ਇਹਨਾਂ ਨੂੰ ਆਉਣ ਤੋਂ ਪਹਿਲਾਂ ਕੋਈ ਇਤਲਾਹ ਦਿੱਤੀ ਗਈ ਹੈ ਮੁਹੱਲੇ ਵਾਲਿਆਂ ਨੇ ਜਦੋਂ ਬਿੱਲ ਦੇ ਵਿੱਚ ਆਉਂਦਾ ਉਹਦੇ ਵਿੱਚ ਤਲਾਹੇ ਹੁੰਦੇ ਆ ਉਹ ਇੱਕ ਨੋਟਿਸ ਹੈ ਉਹ ਉਹਨਾਂ ਦੇ ਵਿੱਚ ਦਿੱਤਾ ਗਿਆ ਸੀ ਤੁਹਾਡੇ ਮੁਤਾਬਕ ਬਿੱਲ ਦੇ ਵਿੱਚ ਆਉਂਦਾ ਜੇ ਜੋ ਖਰਾਬ ਮੀਟਰ ਉਹਨਾਂ ਨੂੰ ਬਦਲ ਐਸੇ ਨਹੀਂ ਬਦਲਦੇ ਬਿੱਲ ਦੇ ਵਿੱਚ ਆਉਂਦਾ ਲਿਖਿਆ ਉਹਦੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਸੜੇ ਹੋਏ ਮੀਟਰ ਨੇ ਜਾਂ ਖਰਾਬ ਮੀਟਰ ਨੇ ਇਨ ਮੁਹੱਲੇ ਵਾਲੇ ਵੱਲੋਂ ਤੁਹਾਨੂੰ ਪਹਿਲਾਂ ਕੀਤਾ ਗਿਆ ਦੱਸਿਆ ਗਿਆ ਕਈ ਮੁਹੱਲੇ ਵਾਲੇ ਵੀ ਦਿੰਦੇ ਆ ਕਈ ਮੀਟਰ ਰੀਡਰ ਵੱਲੋਂ ਰਿਪੋਰਟ ਆਉਂਦੀ ਆ ਆਪ ਵੀ ਕਿ ਦਿੰਦੇ ਹੈਗੇ ਉਹ ਕਿੰਨੇ ਕੁ ਮੀਟਰ ਨੇ ਜਿਹੜੇ ਖਰਾਬ ਹੋ ਗਏ ਸੀ ਜਾਂ ਸੜੇ ਹੋਏ ਸੀ ਬਦਲੇ ਗਏ ਨੇ ਅੱਜ 5-6 ਮੀਟਰ ਬਦਲੇ ਗਏ ਸੜੇ ਹੋਏ ਸੀ ਜਾਂ ਖਰਾਬ ਸੀ ਖਰਾਬ ਹੀ ਸੜੇ ਹੋਏ ਵਿੱਚ ਹੀ ਇਫੈਕਟ ਉਹ ਚ ਖਰਾਬ ਚ ਹੀ ਆਏ ਨੇ 5-6 ਸਰ ਉਹਦੇ ਜਿਹੜਾ ਮੀਟਰ ਬਕਸ ਹੈ ਉਹਦੇ ਵਿੱਚ ਤਕਰੀਬਨ 11 ਮੀਟਰ ਨਹੀਂ ਉਹ ਅੱਜ ਨਹੀਂ ਉਹ ਤਾਂ ਪਹਿਲਾਂ ਵੀ ਲੱਗੇ ਹੋਏ ਨੇ ਸ਼ਹਿਰ 'ਚ ਲੱਗੇ ਹੋਏ ਨੇ ਸਾਰੇ ਹੋਰ ਨਵੇਂ ਵੀ ਇਹੀ ਲੱਗ ਰਹੇ ਸਮਾਰਟ ਮੀਟਰ ਜੀ ਸਰ ਜਿਹੜੇ ਨਵੇਂ ਸਮਾਰਟ ਮੀਟਰ ਲੱਗ ਰਹੇ ਨੇ ਇਹਨਾਂ ਦਾ ਕੀ ਫਾਇਦਾ ਹੈ ਫਿਰ ਵਿਰੋਧ ਕੋ ਕਰ ਰਹੇ ਨੇ ਜੇ ਤੁਸੀਂ ਕਹ ਰਹੇ ਨਹੀਂ ਤਾਂ ਹੁਣ ਸਰਕਾਰ ਵੱਲੋਂ ਉੱਪਰ ਜਦੋਂ ਆਏਗੇ ਕੋਈ ਤਕਨੀਕ 'ਚ ਨਵੇਂ ਆ ਗਏ ਤੇ ਅਸੀਂ ਆਪਣੇ ਵੱਲੋਂ ਤਾਂ ਇਹ ਬਣਾਏ ਨਹੀਂ ਹੈਗੇ ਸਹੀ ਹੈ ਠੀਕ ਹੈ ਜੀ ਉਸ ਮੁਤਾਬਕ ਜੋ ਸਾਨੂੰ ਆਰਡਰ ਹੁੰਦਾ ਸੀ ਉਸ ਮੁਤਾਬਕ ਬਦਲ ਦੇ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਕਿੱਥੇ ਕਿਸਾਨਾਂ ਨਾਲ ਕੀ ਗੱਲਬਾਤ ਹੋਈ ਹੈ ਹੁਣ ਉਹ ਕਹਿੰਦੇ ਨੇ ਵੀ ਬਦਲੇ ਜਾਣਗੇ ਕੀ ਗੱਲ ਹੁਣ ਇਸ ਵਕਤ ਨਹੀਂ ਅਸੀਂ ਆਪਣੇ ਆਫੀਸਰਾਂ ਨੂੰ ਦੱਸ ਦਿੱਤਾ ਵੀ ਇੰਨੇ ਕੁ ਬਦਲੇ ਗਏ ਅਸੀਂ ਆਨਲਾਈਨ ਕਰ ਦਿੱਤੇ ਹੈਗੇ ਬਾਕੀ ਦੱਸ ਦਿੱਤਾ ਸੀ ਉਹਨਾਂ ਨੂੰ ਤੁਸੀਂ ਸੂਚਿਤ ਕਰਤਾ ਆਪਣੇ ਅਫਸਰਾਂ ਨੂੰ ਹਾਂਜੀ ਹਾਂ ਹਾਂਜੀ ਫਿਰ ਉਹਨਾਂ ਨੇ ਕੀ ਕਿਹਾ ਸਰ ਉਹਨਾਂ ਨੇ ਆਪਣੀ ਕਾਰਵਾਈ ਕਰਨਗੇ ਜੀ ਠੀਕ ਹੈ
ਅਸੀਂ ਖੜਿਆਂਗੇ। ਨਹੀਂ ਟੈਸਟ ਕਰਵਾ ਲੈਣਾ, ਉਹਦੇ ਹੋਰ ਵੀ ਹੁੰਦੇ ਹੈਗੇ, ਅਗਰ ਖਰਾਬ ਹੈਗਾ ਉਸਨੂੰ ਉਹ ਕਰ ਲਓ, ਟਾਈਮ ਵੀ ਲੈ ਗਿਆ ਸਾਡੀ, ਟੈਸਟ ਹੁੰਦੇ ਨੇ ਕਿ ਉਹ ਕਰਵਾ ਲੈਣਾ ਅਗਰ ਲੱਗਦਾ ਤੁਹਾਨੂੰ।